की नेता मुस्कुरा के मुझे देख रही थी, आपने देखा मुस्कुराया। ये सांसद है, ये मुन्ना भाई का पप्पी झप्पी एरिया नहीं। आप केवल मुस्कुरा रही थी बोला तो वो भी नहीं बोलना। ਸ਼ੁੱਕਰਵਾਰ ਨੂੰ ਸੰਸਦ ਦੇ ਸੈਸ਼ਨ ਦੌਰਾਨ ਜੋ ਹੋਇਆ ਉਸ ਨੂੰ ਦੇਖ ਸਭ ਹੈਰਾਨ ਹੋ ਗਏ। ਮੋਦੀ ਸਰਕਾਰ ਦੇ ਵਿਰੁੱਧ ਬੋਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫੀ ਪਾ ਲਈ। ਜੀ ਹਾਂ, ਸ਼ੁੱਕਰਵਾਰ ਨੂੰ ਸੰਸਦ ਵਿੱਚ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਦੂ ਦੀ ਜੱਫੀ ਦਿੱਤੀ ਆ। ਦਰਅਸਲ ਸੰਸਦ ਵਿੱਚ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੋਦੀ ਸਰਕਾਰ ਦੇ ਖਿਲਾਫ਼ ਅਵਿਸ਼ਵਾਸ ਪ੍ਰਸਤਾਵ ਦੇ ਪੱਖ ਵਿੱਚ ਬੋਲ ਰਹੇ ਸਨ। ਇਸ ਦੌਰਾਨ ਬੋਲਦੇ ਹੋਏ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸ਼ਬਦੀ ਵਾਰ ਕੀਤਾ। ਰਾਹੁਲ ਗਾਂਧੀ ਬਲਾਤਕਾਰ, ਭ੍ਰਿਸ਼ਟਾਚਾਰ, ਗੁੰਡਾਗਰਦੀ, ਮਹਿੰਗਾਈ ਵਰਗੇ ਮੁੱਦਿਆਂ 'ਤੇ ਮੋਦੀ ਸਰਕਾਰ ਨੂੰ ਘੇਰ ਰਹੇ ਸਨ ਕਿ ਅਚਾਨਕ ਸਪੀਚ ਤੋਂ ਬਾਅਦ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਗਏ, ਉਹਨਾਂ ਨਾਲ ਹੱਥ ਮਿਲਾਇਆ ਅਤੇ ਜੱਫੀ ਪਾ ਲਈ। ਹਾਲਾਂਕਿ ਇਸ ਦੌਰਾਨ ਰਾਹੁਲ ਗਾਂਧੀ ਨੇ ਮੋਦੀ ਨੂੰ ਕਿਹਾ ਕਿ ਤੁਸੀਂ ਮੈਨੂੰ ਗਾਲ ਕੱਢ ਸਕਦੇ ਹੋ, ਤੁਸੀਂ ਮੈਨੂੰ ਪੱਪੂ ਕਹਿ ਸਕਦੇ ਹੋ, ਪਰ ਮੇਰੇ ਅੰਦਰ ਕਿਸੇ ਦੀ ਤਰ੍ਹਾਂ ਨਫ਼ਰਤ ਨਹੀਂ ਹੈ। ਮੈਂ ਤੁਹਾਡੇ ਅੰਦਰ ਤੋਂ ਨਫ਼ਰਤ ਨੂੰ ਕੱਢ ਦੇਵਾਂਗਾ ਅਤੇ ਪਿਆਰ ਭਰ ਦੇਵਾਂਗਾ। ਪੂਰਾ ਦਾ ਪੂਰਾ ਵਿਪਕਸ਼ ਔਰ ਆਪਕੇ ਬਹੁਤ ਸਾਰੇ ਲੋਕ ਮਿਲਕਰ ਪ੍ਰਧਾਨ ਮੰਤਰੀ ਜੀ ਕੋ ਚੁਣਾਵ ਮੇ ਹਰਾਨੇ ਜਾ ਰਹੇ ਹੈ। ਅੰਤ ਮੈਂ ਆਪਕੋ ਇੱਕ ਬਾਤ ਬਤਾਨਾ ਚਾਹਤਾ ਹੂੰ। ਅਧਿਕਸ਼ ਮਹੋਦਯਾ, ਆਪ ਸੋਚੋਗੇ ਕਿ ਮੇਰੇ ਦਿਲ ਮੈਂ ਪ੍ਰਧਾਨ ਮੰਤਰੀ ਕੇ ਖਿਲਾਫ਼, ਆਪ ਸੋਚੋਗੇ ਕਿ ਮੇਰੇ ਦਿਲ ਮੈਂ ਪ੍ਰਧਾਨ ਮੰਤਰੀ ਕੇ ਖਿਲਾਫ਼ ਗੁੱਸਾ ਹੈ, ਕ੍ਰੋਧ ਹੈ, ਨਫ਼ਰਤ ਹੈ। ਮਗਰ ਮੈਂ ਆਪਕੋ ਦਿਲ ਸੇ ਕਹਿਤਾ ਹੂੰ, ਮੈਂ ਪ੍ਰਧਾਨ ਮੰਤਰੀ ਬੀਜੇਪੀ ਔਰ ਆਰਐਸਐਸ ਕਾ ਬਹੁਤ ਆਭਾਰੀ ਹੂੰ। ਆਰਐਸਐਸ ਵਗੈਰਾ ਨਾਮ ਨਹੀਂ ਲੈਣ ਕੀ ਜ਼ਰੂਰਤ। ਇਹਨੋਨੇ ਮੁਝੇ ਕਾਂਗਰਸ ਕਾ ਮਤਲਬ ਸਮਝਾਇਆ ਕਿ ਇਹਨੋਨੇ ਮੁਝੇ ਹਿੰਦੁਸਤਾਨੀ ਹੋਣੇ ਕਾ ਮਤਲਬ ਸਿਖਾਇਆ। ਹਿੰਦੁਸਤਾਨੀ ਕਾ ਮਤਲਬ ਚਾਹੇ ਤੁਮੇ ਕੋਈ ਵੀ ਕੁਛ ਕਹਿ ਦੇ, ਤੁਹਾਰੇ ਖਿਲਾਫ਼ ਕੋਈ ਵੀ ਕਰ ਦੇ, ਝੂਠੀ ਬਾਤ ਬੋਲੇ, ਗਾਲੀ ਦੇ, ਲਾਠੀ ਮਾਰੇ, ਤੁਹਾਰੇ ਦਿਲ ਮੈਂ ਉਸਕੇ ਲਈ ਪਿਆਰ ਹੋਣਾ ਚਾਹੀਏ। ਇਹ ਆਪਨੇ ਨਰਿੰਦਰ ਮੋਦੀ ਜੀ ਔਰ ਬੀਜੇਪੀ ਆਰਐਸਐਸ ਇਹ ਆਪਨੇ ਮੁਝੇ ਸਿਖਾਇਆ ਔਰ ਇਸਕੇ ਲਈ ਮੈਂ ਆਪਕੋ ਦਿਲ ਸੇ ਅੰਦਰ ਸੇ ਧੰਨਵਾਦ ਕਰਨਾ ਚਾਹਤਾ ਹੂੰ ਕਿ ਆਪਨੇ ਮੁਝੇ ਮੇਰਾ ਧਰਮ ਸਿਖਾਇਆ, ਆਪਨੇ ਮੁਝੇ ਸ਼ਿਵ ਜੀ ਕਾ ਮਤਲਬ ਸਮਝਾਇਆ ਔਰ ਆਪਨੇ ਮੁਝੇ ਹਿੰਦੂ ਹੋਣੇ ਕਾ ਮਤਲਬ ਸਮਝਾਇਆ। ਇਸਸੇ ਬੜੀ ਬਾਤ ਹੋ ਹੀ ਨਹੀਂ ਸਕਤੀ ਹੈ ਔਰ ਇਸਕੇ ਲਈ ਮੈਂ ਆਪਕਾ ਧੰਨਵਾਦ ਕਰਤਾ ਹੂੰ। ਹਮਾਰੇ ਦੇਸ਼ ਕਾ ਇਤਿਹਾਸ ਹੈ। ਯੈਸ ਪਲੀਜ਼, ਇਹ ਹਮਾਰੇ ਦੇਸ਼ ਕਾ ਇਤਿਹਾਸ ਹੈ ਔਰ ਮੇਰੇ ਅੰਦਰ ਆਪਕੇ ਅੰਦਰ ਮੇਰੇ ਲਈ ਨਫ਼ਰਤ ਹੈ, ਆਪਕੇ ਅੰਦਰ ਮੇਰੇ ਲਈ ਗੁੱਸਾ ਹੈ, ਆਪਕੇ ਲਈ ਮੈਂ ਪੱਪੂ ਹੂੰ, ਆਪਕੇ ਲਈ ਮੈਂ ਅਲੱਗ ਅਲੱਗ ਗਾਲੀ ਦੇ ਸਕਤੇ ਹੋ, ਮਗਰ ਮੇਰੇ ਅੰਦਰ ਆਪਕੇ ਖਿਲਾਫ਼ ਇਤਨਾ ਸਾ ਵੀ ਗੁੱਸਾ, ਇਤਨਾ ਸਾ ਵੀ ਕ੍ਰੋਧ, ਇਤਨੀ ਸੀ ਵੀ ਨਫ਼ਰਤ ਨਹੀਂ ਹੈ। ਮੈਂ ਕਾਂਗਰਸ ਹੂੰ ਔਰ ਇਹ ਸਭ ਕਾਂਗਰਸ ਹੈ ਔਰ ਕਾਂਗਰਸ ਨੇ ਔਰ ਇਸ ਭਾਵਨਾ ਨੇ ਇਸ ਦੇਸ਼ ਕੋ ਬਣਾਇਆ ਹੈ, ਇਸ ਬਾਤ ਕੋ ਆਪ ਕਭੀ ਮਤ ਭੂਲੀਏ ਔਰ ਇਹ ਭਾਵਨਾ ਆਪ ਸਭ ਕੇ ਅੰਦਰ ਹੈ ਔਰ ਇਸ ਭਾਵਨਾ ਕੋ ਮੈਂ ਆਪ ਸਭ ਕੇ ਅੰਦਰ ਸੇ ਨਿਕਾਲੂੰਗਾ, ਇੱਕ ਇੱਕ ਕਰਕੇ ਮੈਂ ਆਪਕੇ ਅੰਦਰ ਸੇ ਆਪਕੇ ਅੰਦਰ ਜੋ ਪਿਆਰ ਹੈ ਉਸਕੋ ਨਿਕਾਲੂੰਗਾ ਔਰ ਆਪ ਸਭ ਕੋ ਕਾਂਗਰਸ ਮੈਂ ਬਦਲੂੰਗਾ। ਧੰਨਵਾਦ, ਨਮਸਕਾਰ। ਯੈਸ ਨਿਰਮਲਾ ਜੀ, ਥੈਂਕ ਯੂ।
ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਉਹਨਾਂ ਨੂੰ ਕੂਰ ਕੂਰ ਕੇ ਦੇਖ ਰਹੇ ਸਨ ਤਾਂ ਹਰਸਿਮਰਤ ਬਾਦਲ ਨੇ ਗੁੱਸੇ ਵਿੱਚ ਕਿਹਾ ਕਿ ਇਹ ਸੰਸਦ ਹੈ, ਮੁੰਨਾ ਬਾਈ ਫਿਲਮ ਦਾ ਕੋਈ ਸੀਨ ਨਹੀਂ ਹੈ। ਬੇਸ਼ੱਕ ਵਿਰੋਧੀ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਜੱਫੀ ਵਾਲੀ ਹਰਕਤ ਤੇ ਬੋਲ ਰਹੇ ਹਨ, ਪਰ ਇੱਕ ਵਾਰ ਤਾਂ ਰਾਹੁਲ ਗਾਂਧੀ ਨੇ ਆਪਣੀ ਜੱਫੀ ਨਾਲ ਸੰਸਦ ਦੇ ਮਾਹੌਲ ਨੂੰ ਬਦਲ ਕੇ ਰੱਖ ਦਿੱਤਾ ਅਤੇ ਇੱਕ ਚੰਗਾ ਉਪਦੇਸ਼ ਦਿੱਤਾ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।